he has been like that right from the beginning eh nahi abhi eh shuru to main annu idai dekha i mean jadon sadi marriage hui si he was 25 i was 22 te odo di matlab inna ch enni shanti te oh hega hun kudiyan zarur puchn giyan vi tusi ki punn kita si hun oh tusi tannu dasna paina hai na wakai ha kita hoega mainu wakai kita hoega sir tusi sachhe kadi gussa nahi kita ਅੰਦਰ ਨਹੀਂ ਮਨ ਨੂੰ ਗੁੱਸਾ ਜੇ ਆਵੇ ਤੇ ਮੈਂ ਐਕਟਿੰਗ ਕਰਦਾ ਹਾਂ ਗੁੱਸੇ ਦੀ ਕਿਉਂਕਿ ਹੋ ਸਕਦਾ ਕਈ ਵਾਰੀ ਅਗਲੇ ਬੰਦੇ ਨੂੰ ਗੁੱਸੇ ਤੋਂ ਬਿਨਾਂ ਗੱਲ ਸਮਝ ਨਹੀਂ ਆਉਂਦੀ ਉਹ ਫਿਰ ਮੈਂ ਐਕਟਿੰਗ ਕਰਕੇ ਫਿਰ ਮੈਂ ਉੱਥੋਂ ਹਟ ਜਾਂਦਾ ਕਿਉਂਕਿ ਫਿਰ ਮੈਨੂੰ ਹਾਸਾ ਆ ਜਾਂਦਾ ਹੈ ਨਾ ਪਰ ਗੁੱਸਾ ਕੀ ਕਰਨਾ ਗੁੱਸਾ ਤਾਂ ਇੱਕ ਇਹੋ ਜੀ ਚੀਜ਼ ਹੈ ਜਿਹੜੀ ਤੁਹਾਨੂੰ ਆਪ ਹੀ ਖਰਾਬ ਕਰੇਗੀ ਪਰ ਮਨ ਲਗਾ ਕੋਈ ਪਿਛਲੀ ਜਰਨੀ ਹੋਣੀ ਮੇਰੀ ਵੀ ਮੈਨੂੰ ਗੁੱਸਾ ਵਗੈਰਾ ਬਿਲਕੁਲ ਨਹੀਂ ਹੈ ਕੁਝ ਚੀਜ਼ਾਂ ਜਿਵੇਂ ਐਂਗਜ਼ਾਇਟੀ ਜੈਲਸੀ ਉਹ ਮੰਨਦੀ ਨੇਚਰ ਹੁੰਦੀ ਹੈ ਉਹ ਆਉਂਦੀ ਸੀ ਆਈ ਕੁਡ ਸੀ ਇਟ ਦੈਨ ਆਈ ਵਾਸ ਏਬਲ ਟੂ ਮੈਨੇਜ ਇਟ ਤੋ ਵਿਦ ਟਾਈਮ ਬਹੁਤ ਜ਼ਿਆਦਾ ਘਟ ਗਈ ਤੇ ਤਰੀਕਾ ਤਰੀਕਾ ਵੀ ਜਿਸ ਤਰ੍ਹਾਂ ਤੁਸੀਂ ਪਹਿਲੇ ਇਹ ਜਾਣ ਲੋ ਕਿ ਕੋਈ ਕਾਰਨ ਬਾਹਰ ਨਹੀਂ ਹੈ ਆਮ ਕੀ ਹੁੰਦਾ ਹੈ ਕਿ ਲੋਕ ਇਹ ਸੋਚਦੇ ਨੇ ਕਿ ਜੇ ਮੈਨੂੰ ਘਬਰਾਹਟ ਹੋਈ ਕੋਈ ਮੈਨੂੰ ਘਬਰਾਟ ਪਾ ਰਿਹਾ ਹੈ ਉਹਨੇ ਇਹ ਕੀਤਾ ਉਹਨੇ ਇਹ ਕੀਤਾ ਤਾਂ ਕਰਕੇ ਮੈਨੂੰ ਚਿੰਤਾ ਆਈ ਕੋਈ ਤੁਹਾਨੂੰ ਚਿੰਤਾ ਨਹੀਂ ਦੇ ਸਕਦਾ ਅਨਲੈਸ ਤੁਸੀਂ ਚਿੰਤਾ ਕਰਨਾ ਚਾਹੋ ਸੋ ਪਹਿਲੀ ਤਾਂ ਇਨਲਾਈਟਨਮੈਂਟ ਇਹ ਹੀ ਹੈ ਕਿ ਮੇਰੇ ਬਾਹਰ ਕੀ ਹੋ ਰਿਹਾ ਹੈ ਉਹ ਮੇਰੇ ਕੰਟਰੋਲ 'ਚ ਨਹੀਂ ਹੈ ਪਰ ਮੇਰੇ ਜੋ ਅੰਦਰ ਹੋ ਰਿਹਾ ਹੈ ਉਹ 100% ਮੇਰਾ ਬਿਜ਼ਨਸ ਹੈ ਬਿਲਕੁਲ ਮੇਰੇ ਕੰਟਰੋਲ 'ਚ ਹੈ ਬਾਹਰ ਜੋ ਮਰਜ਼ੀ ਕੋਈ ਕਰੇ ਜੇ ਮੈਂ ਹਿਲ ਗਿਆ ਤੇ ਉਹਦੀ ਕਮੀ ਨਹੀਂ ਹੈ ਮੇਰੀ ਕਮੀ ਹੈ ਸੋ ਆਈ ਵਰਕ ਔਨ ਦੈਟ ਪ੍ਰਿੰਸੀਪਲ ਜੇ ਮੈਨੂੰ ਕਿਤੋਂ ਵੀ ਚਿੰਤਾ ਆਂਦੀ ਹੈ ਮੈਂ ਚਿੰਤਾ ਦਾ ਸੋਰਸ ਨਹੀਂ ਲੱਭਦਾ ਮੈਂ ਦੇਖਦਾ ਯਾਰ ਮੈਂ ਕਿਤੇ ਕੱਚਾ ਤੇ ਜਿਹੜੀ ਮੇਰੇ ਚ ਚਿੰਤਾ ਆ ਗਈ ਤੇ ਆਈ ਵਰਕ ਔਨ ਦੈਟ ਫਿਰ ਹੌਲੀ-ਹੌਲੀ ਪਤਾ ਲੱਗ ਗਿਆ ਵੀ ਇਹ ਤਾਂ ਮਾਈਂਡ ਦੇ ਗੇਮ ਹੈ ਮਾਈਂਡ ਦੇ ਵਿੱਚ ਹੀ ਥਾਟਸ ਥਾਟਸ ਚਿੰਤਾ ਕੀ ਹੈ ਕਿ ਤੁਸੀਂ ਉਹ ਚੀਜ਼ਾਂ ਇਮੇਜਨ ਕਰ ਰਹੇ ਹੋ ਜਿਹੜੀਆਂ ਹੋ ਸਕਦਾ ਹੋਣ ਹੋ ਸਕਦਾ ਨਾ ਹੋਣ ਤੇ ਜਦੋਂ ਤੁਸੀਂ ਆਪਣੇ ਅੰਦਰ ਦੀਆਂ ਥਾਟਸ ਦੇਖਦੇ ਹੋ ਤੁਸੀਂ ਕਹਿੰਦੇ ਯਾਰ ਇਹ ਤਾਂ ਮੇਰੀ ਮਰਜ਼ੀ ਤੋਂ ਬਿਨਾਂ ਹੀ ਮੈਨੂੰ ਚਿੰਤਾ ਦੀ ਜਾਂਦੀ ਹੈ ਤੇ ਜਦੋਂ ਤੁਸੀਂ ਆਪਣੀ ਥਾਟਸ ਨੂੰ ਮਾਈਂਡਫੁਲੀ ਦੇਖਦੇ ਹੋ ਉਹ ਬੜੀਆਂ ਸ਼ਰਮਾਕਲ ਨੇ ਉਹ ਦਬ ਜਾਂਦੀਆਂ ਬਿਲਕੁਲ ਮੈਮ ਜੀ ਇਹ ਗੁੱਸਾ ਕਰਦੇ ਕਦੀ ਗੁੱਸਾ ਨਹੀਂ ਕਰਦੀ ਜੇ ਕਿਸੇ ਗੱਲ ਤੋਂ ਡਿਸਸੈਟੀਸਫਾਈਡ ਹੋਵੇ ਤੇ ਚੁੱਪ ਕਰ ਜਾਂਦੀ ਹੈ ਪਰ ਮਾੜਾ ਤਾਂ ਬੋਲ ਨਹੀਂ ਸਕਦੀ ਤੁਹਾਨੂੰ ਪਤਾ ਨੇਚਰ ਦੀ ਹੈ ਨਾ ਪਰ ਸਾਡਾ ਇੱਕ ਆਪਸ ਚ ਫੈਸਲਾ ਹੈ ਕਿ ਜੇ ਮੈਂ ਚੁੱਪ ਕਰੀ ਹੋਵਾਂ ਇਹਦਾ ਮਤਲਬ ਹੈ ਮੈਂ ਨਾਰਾਜ਼ ਆ ਮੈਨੂੰ ਆਪੇ ਆ ਕੇ ਮਨਾ ਲਿਓ ਅੱਛਾ ਜੀ ਸੋ ਜੇ ਮੈਂ ਆ ਕੇ ਦੇਖਦਾ ਕਿ ਇਹ ਚੁੱਪ ਹੈ ਤੇ ਮੈਂ ਕਹਿੰਦਾ ਵੀ ਸਾਰੀ ਗਲਤੀ ਮੇਰੀ ਹੈ ਰੀਜ਼ਨ ਸੁਨੇ ਤਾਂ ਪਹਿਲਾਂ ਹੀ ਰੀਜ਼ਨ ਸੁਣਨ ਤੋਂ ਪਹਿਲਾਂ ਹੀ ਸਾਰੀ ਗਲਤੀ ਮੇਰੀ ਹੈ ਵੀ ਜੇ ਕੋਈ ਗਲਤੀ ਹੋਈ ਵੀ ਹੈ ਅੱਗੇ ਸ਼ਾਮ ਬੜੀ ਵਧੀਆ ਹੈ ਚਲ ਆਪਾਂ ਮੋਰ ਦੇ ਕੇ ਆਈਏ ਕਾਨੂੰ ਟਾਈਮ ਖਰਾਬ ਕਰਨਾ ਤੇ ਜਦੋਂ ਅਸੀਂ ਮਤਲਬ ਇਹ ਤਾਂ ਗੁੱਸੇ ਦੇ ਟਾਈਮ 'ਚ ਹੈਗਾ ਨਾ ਜੀ ਜੇ ਲਾਈਕ ਅਸੀਂ ਜਦੋਂ ਹੁਣ ਆਪਾਂ ਬੈਠੇ ਆ ਇਦਾਂ ਫੈਸਲੇ ਕੀਤੇ ਹੋਏ ਆ ਹਨਾ ਕਿ ਜਿਸ ਤਰ੍ਹਾਂ ਇਹਨਾਂ ਨੇ ਸ਼ੁਰੂ ਦੇ ਵਿੱਚ ਜਦੋਂ ਛੋਟੀ ਛੋਟੀ ਗੱਲ ਤੇ ਕੋਈ ਵੀ ਨਿੱਕੀ ਮੋਟੀ ਸਾਡੀ ਗੱਲ ਤੇ ਜੇ ਥੋੜੀ ਉਹੀ ਡਿਸਸੈਟੀਸਫੈਕਸ਼ਨ ਜਾਂ ਥੋੜੀ ਲੜਾਈ ਹੋ ਜਾਂਦੀ ਸੀ ਤੇ ਅੱਗਿਓ ਇਹਨਾਂ ਦੀ ਨੇਚਰ ਆ ਵੀ ਇਹਨਾਂ ਨੇ ਅੱਗਿਓ ਕੋਈ ਜੋਕ ਸੁਣਾ ਦੇਣਾ ਤੇ ਮੈਨੂੰ ਹਾਸਾ ਆ ਜਾਣਾ ਹਨਾ ਫਿਰ ਅਸੀਂ ਨੋਰਮਲ ਟਾਈਮਸ ਚ ਇਹ ਵੀ ਫੈਸਲਾ ਕੀਤਾ ਵੀ ਜਦੋਂ ਅਸੀਂ ਲੜਨਾ ਤੁਸੀਂ ਹਸਾਉਂਗੇ ਨਹੀਂ ਮੈਨੂੰ ਪ੍ਰੋਪਰਲੀ ਲੜ ਲੈਂਦੀ ਮੈਨੂੰ ਗੁੱਸੇ ਚ ਮਜ਼ਾ ਆ ਰਿਹਾ ਮੈਨੂੰ ਗੁੱਸਾ ਕਰ ਲੈਂਦੇ ਹੋ ਪ੍ਰੋਪਰਲੀ ਲੜ ਲੈਂਦੀ ਉਹ ਵੀ ਇਹ ਕੀ ਹੋਇਆ ਵੀ ਤੁਸੀਂ ਉਹਦਾ ਵੀ ਮਜ਼ਾਕ ਬਣਾਤਾ ਸੋ ਲਾਈਫ ਇਫ ਮੈਨੂੰ ਲੱਗਦਾ ਇਹਨਾਂ ਨੂੰ ਗੁੱਸੇ 'ਚ ਘੱਟ ਮਜ਼ਾ ਆਉਂਦਾ ਤੁਹਾਡੇ ਨੂੰ ਸੌਰੀ ਸੌਰੀ ਜ਼ਿਆਦਾ ਸੈਟੀਸਫੈਕਸ਼ਨ ਹਾਂ ਨਹੀਂ ਐਕਚੁਅਲੀ ਸ਼ੀ ਇਜ਼ ਅ ਵੈਰੀ ਸਿੰਪਲ ਲੇਡੀ ਬੜੀ ਇਮੋਸ਼ਨਲ ਹੈ ਜਿਹੜੇ ਬੰਦੇ ਇਮੋਸ਼ਨਲ ਹੁੰਦੇ ਨੇ ਉਹ ਆਪਣੇ ਕਰਕੇ ਨਹੀਂ ਦੂਜਿਆਂ ਕਰਕੇ ਸਫਰ ਕਰਦੇ ਨੇ ਹੈਨਾ ਤੋ ਇਮੋਸ਼ਨਲ ਹੋਣਾ ਚੰਗੀ ਗੱਲ ਹੈ ਪਰ ਮੈਂ ਇਹਨੂੰ ਸਮਝਾਉਣਾ ਕਿ ਇੰਨਾ ਚੰਗਾ ਨਹੀਂ ਹੈ ਕਿ ਤੁਹਾਨੂੰ ਨੁਕਸਾਨ ਹੋਵੇ ਬੀ ਕਾਈਂਡ ਟੂ ਅਦਰਸ ਬਟ ਡੋਨਟ ਬੀ ਅਨਕਾਈਂਡ ਟੂ ਯੋਰਸੈਲਫ ਔਰ ਮੈਂ ਇਹਦੇ ਚ ਇਸ ਚੀਜ਼ ਨਾਲ ਮੇਰੀ ਬਹੁਤ ਫਰਕ ਹੈ ਪਹਿਲੇ ਪਹਿਲੇ ਤੁਸੀਂ ਆਪਣੇ ਨਾਲ ਕਾਈਂਡ ਹੋ ਫਿਰ ਦੈਨ ਬੀ ਕਾਈਂਡ ਟੂ एवरीवन ਅਰਾਊਂਡ ਜਦ ਕਿ ਅਸੀਂ ਦੂਜੇ ਦਾ ਖਿਆਲ ਬਹੁਤ ਜ਼ਿਆਦਾ ਕਰਦੇ ਆ ਪਰ ਆਪਣਾ ਸਾਡੇ ਆਪਣੇ ਤੇ ਕੀ ਜਾ ਰਿਹਾ ਹੈ ਨਾ ਉਸ ਚੀਜ਼ ਦਾ ਅਸੀਂ ਬਿਲਕੁਲ ਖਿਆਲ ਨਹੀਂ ਕਰਦੇ ਆਪਣੇ ਲਈ ਇਮਾਨਦਾਰ ਹੋਣਾ ਮੈਨੂੰ ਲੱਗਦਾ ਸਭ ਤੋਂ ਵੱਡੀ ਚੀਜ਼ ਹੈ ਆਈ ਥਿੰਕ ਅਸੀਂ ਜ਼ਿਆਦਾ ਆਈ ਮੀਨ ਮੈਂ ਆਪਣੇ ਬਾਰੇ ਗੱਲ ਕਰਾਂ ਤਾਂ ਆਈ ਊਡ ਸੇ ਕਿ ਅਦਰ ਓਰੀਐਂਟਡ ਜ਼ਿਆਦਾ ਹੈ ਨਾ self oriented ਨਹੀਂ ਹੈ ਜੋ ਕਿ ਮੈਂ ਇਨਾਂ ਤੋਂ ਸਿੱਖ ਰਹੀ ਆ ਵੀ ਓਕੇ ਵੀ self oriented ਇਟਸ ਨਾਟ ਬੀਇੰਗ ਸੈਲਫਿਸ਼ ਇਟਸ ਬੀਇੰਗ ਸੈਲਫ ਓਰੀਐਂਟਿਡ ਉਹੀ ਗੱਲ ਵੀ ਆਪਣਾ ਵਾਚ ਕਰੋ ਵੀ ਤੁਹਾਨੂੰ ਘਬਰਾਟ ਹੋ ਰਹੀ ਹੈ ਕਿਸੇ ਦੇ ਬਿਹੇਵੀਅਰ ਕਰਕੇ ਹੈਨਾ ਹੁਣ ਇੰਨੀ ਕੁ ਸਮਝ ਆਨ ਲੱਗੀ ਕਿ ਸਰਕਮਸਟਾਂਸਸ ਲਾਈਫ ਦੇ ਵਿੱਚ ਜੋ ਵੀ ਹੋਣਾ ਹੈਨਾ ਦੁੱਖ ਸੁੱਖੋ ਤਾਂ ਹੁੰਦੇ ਹੀ ਰਹਿਣੇ ਆ ਬਟ ਮੈਟਰ ਕਰਦਾ ਵੀ ਤੁਹਾਡੀ ਇਨਰ ਸਟੇਜ ਕੀ ਹੈਗੀ ਆ ਵੀ ਤੁਸੀਂ ਸਰਕਮਸਟਾਂਸਸ ਨੇ ਉਦਾਂ ਹੀ ਚੱਲਣਾ ਹਣਾ ਬਟ ਉਹ ਤੁਹਾਡੇ ਮਨ ਤੇ ਅਸਰ ਕਰ ਰਹੀ ਆ ਜਾਂ ਨਹੀਂ ਕਰ ਰਹੀ ਵੀ ਤੁਸੀਂ ਵੀ ਸਰਕਮਸਟੈਂਸਸ ਨਾਲ ਅਪ ਐਂਡ ਡਾਊਨ ਜਾ ਰਹੇ ਹੋ ਜਾਂ ਸਟੇਬਿਲਿਟੀ ਤੁਹਾਡੇ ਚ ਆ ਰਹੀ ਆ ਆਈ ਥਿੰਕ ਜਿਵੇਂ ਹਸਪੀਟਲ ਹੈ ਮਨੂ ਕੋਈ ਆ ਕੇ ਕਹੇਗਾ ਵੀ ਡਾਕਟਰ ਸਾਹਿਬ ਤੁਸੀਂ ਬਹੁਤ ਚੰਗੇ ਹੋ ਤੇ ਮੈਂ ਨਾਲ ਦਿਆਂ ਨੂੰ ਕਹੂੰਗਾ ਮੈਂ ਕਿਹਾ ਰਹੀ ਬੰਦਾ ਆ ਕੇ ਮਾੜਾ ਕਹੂਗਾ ਸੋ ਆਈ ਐਮ ਨਾਟ ਇਨਫਲੂਐਂਸਡ ਬਾਈ ਵੀ ਮਨੂ ਕੋਈ ਕਵੇ ਤੂੰ ਚੰਗਾ ਹੈ ਜਾਂ ਮਨੂ ਕੋਈ ਕਵੇ ਤੂੰ ਮਾੜਾ ਹੈ ਆਈ ਨੋ ਵਾਟ ਆਈ ਐਮ ਆਈ ਡੋਨਟ ਨੀਡ ਅਪਰੂਵਲ ਫਰਮ ਆਊਟਸਾਈਡ ਮਨੂ ਕੋਈ ਚੰਗਾ ਕਵੇ ਮਾੜਾ ਕਵੇ ਆਈ ਐਮ ਡੂਇੰਗ ਮਾਈ ਬੈਸਟ ਸੋ ਆਈ ਐਮ ਨਾਟ ਡਿਪੈਂਡੈਂਟ ਔਨ ਐਨੀਬਾਡੀ ਅਰਾਊਂਡ ਫਾਰ ਐਨੀ ਇਮੋਸ਼ਨਲ ਔਰ ਮੈਂਟਲ ਸਪੋਰਟ ਤੋ ਇਸ ਕਰਕੇ ਡਿਪੈਂਡੈਂਸ ਹੈ ਹੀ ਨਹੀਂ ਆਪਣੇ ਮਜੇ ਕਰੋ ਬਸ ਲਾਈਫ ਨੂੰ ਵਧੀਆ ਜੀ ਕੰਪਲੀਟਨੈਸ ਜੀ ਆ ਜਾਂਦੀ ਹੈ ਹੈਨਾ ਜਿਸ ਤਰ੍ਹਾਂ ਮੈਂ ਤੁਹਾਨੂੰ ਉਹ ਛੋਟਾ ਜਿਹਾ ਇਨਸੀਡੈਂਟ ਸੁਣਾਇਆ ਸੀ ਵੀ ਮੈਂ ਪੈਕਿੰਗ ਦੇ ਵਿੱਚ ਇਹਨਾਂ ਦੇ ਜਿਹੜੇ ਕੱਪੜੇ ਇਹਨਾਂ ਨੇ ਪਾਣੇ ਸੀ ਉਸ ਦਿਨ ਉਹੀ ਭੁੱਲ ਗਈ ਹੈਨਾ ਆਈ ਮੀਨ ਇਟ ਕੁਡ ਬੀ ਅ ਬਿਗ ਇਸ਼ੂ ਪਰ ਇਹ ਆਪਣੀ ਉਨੀ ਵੀ ਸ਼ਾਂਤੀ ਖਰਾਬ ਨਹੀਂ ਕਰਨਾ ਚਾਹੁੰਦੇ ਇਹਨਾਂ ਨੂੰ ਲੱਗਿਆ ਵੀ ਠੀਕ ਹੈ ਲੈਟਸ ਮੈਂ ਜੋ ਪਹਿਲਾਂ ਪਾਇਆ ਸੀ ਉਹੀ ਰਿਪੀਟ ਕਰ ਲੈਣਾ ਜਾਂ ਕੁਛ ਨਵਾਂ ਲੈ ਆਂਦੇ ਆ ਉਹ ਤਾਂ ਆਮ ਹੀ ਹੁੰਦਾ ਹੈ ਪੈਕਿੰਗ ਵਾਲੇ ਮੈਂ ਕਹਿੰਦਾ ਤੂੰ ਆਪਣੀ ਵਧੀਆ ਕਰ ਲੈ ਮੇਰਾ ਜੋ ਪਾਣਾ ਪਾਰੀ ਮੈਂ ਉੱਥੇ ਜਾ ਕੇ ਦੇਖਾਂਗਾ ਅੱਗੇ ਕੀ ਕਰਨਾ ਤੇ ਉਹਦੇ ਨਾਲ ਉਹਦੇ ਨਾਲ ਰੁਪਿੰਦਰ ਮੀਰੀ ਲਾਈਫ ਬੜੀ ਆਈ ਮੀਨ ਆ ਮੇਨ ਈਜ਼ੀ ਹੋ ਜਾਂਦੀ ਆ ਵੀ ਤੁਹਾਨੂੰ ਪਤਾ ਹੈ ਵੀ ਅੱਗਿਓ ਕੋਈ ਰਿਐਕਸ਼ਨ ਨਹੀਂ ਮਿਲਣਾ ਵੀ ਠੀਕ ਆ ਵੀ ਚੱਲ ਜਾਣਾ ਕੰਮ ਤੇ ਇਦਾਂ ਹੀ ਚਲਾ ਲਿਆ ਫਿਰ ਆਪਾਂ ਇੱਕ ਵਾਰੀ ਸਵਿਟਜ਼ਰਲੈਂਡ ਜਾਣਾ ਸੀ ਤੇ ਕਿਸੇ ਦੇ ਨਾਲ ਮੈਂ ਉਹ ਆਪਣੀ ਪੂਰੀ ਤਿਆਰੀ ਕਰੀ ਬੈਠਾ ਸੀ ਮੈਂ ਹਸਪੀਟਲ ਬਹੁਤ ਬੀਜ਼ੀ ਸੀ ਮੈਂ ਘਰ ਆਇਆ ਬਿਲਕੁਲ ਟਾਈਮ ਹੋ ਗਿਆ ਸੀ ਜਾਣ ਦਾ ਮੈਂ ਬਾਦਰ ਨੂੰ ਕਿਹਾ ਮੈਂ ਕਿਹਾ ਮੇਰੀ ਇੱਕ ਕਮੀਜ਼ ਇੱਕ ਜੀਨ ਤੇ ਉਹ ਪਾਵੇ ਵਿੱਚ ਮੈਂ ਚੱਲਾ ਉਹ ਜਾ ਕੇ ਦੇਖਿਆ ਉਹਨੇ ਸਵੈਟਰ ਸੂਟਰ ਪਾਇਆ ਹੀ ਨਹੀਂ ਸਵਿਟਜ਼ਰਲੈਂਡ ਪੂਰੀ ਠੰਡ ਅਰੇ ਉੱਥੇ ਜਾ ਕੇ ਮੈਂ ਦੇਖਿਆ ਮੈਂ ਕਿਹਾ ਇਹ ਜੈਕਟ ਕਿੰਨੇ ਦੀ ਹੈ ਉਹਨੇ ਕਿਹਾ 200 ਡਾਲਰ ਦੀ ਮੈਂ ਕਿਹਾ ਅਰੇ ਦੋ ਦਿਨ ਦੀ ਠੰਡਾ ਕਾਤੇ 200 ਡਾਲਰ ਖਰਚ ਦੇ ਆਪਾਂ ਕਮੀਜ਼ ਹੀ ਖੁੰਦੀ ਹੈ